ਮੌਸਮ ਦੇ ਵਿੱਚ ਲਗਾਤਾਰ ਤਬਦੀਲੀ ਨਜ਼ਰ ਆ ਰਹੀ ਹੈ ਤੇ ਧੁੰਦ ਨੇ ਅੱਜ ਫੇਰ ਆਪਣਾ ਅਸਰ ਦਿਖਾਇਆ ਤੇ ਧੁੰਦ ਦੀ ਜਿਹੜੀ ਚਾਦਰ ਵਿਛੀ ਹੋਈ ਹੈ। ਮਾਨਸਾ ਦੇ ਵਿੱਚ ਅੱਜ 5 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਉੱਥੇ ਹੀ ਲੋਕ ਠੰਡ ਤੋਂ ਬਚਣ ਦੇ ਲਈ ਅੱਗ ਦਾ ਵੀ ਸਹਾਰਾ ਲੈ ਰਹੇ ਨੇ। ਸੜਕ ਤੇ ਚੱਲਣ ਵਾਲੇ ਵਾਹਨ ਚਾਲਕ ਨੇ ਜਿਹੜੇ ਉਹ ਲਾਈਟਾਂ ਲਾ ਕੇ ਚੱਲ ਰਹੇ ਨੇ ਤਾਂ ਕਿ ਸੜਕ ਦੇ ਉੱਪਰ ਕੋਈ ਹਾਦਸਾ ਨਾ ਵਾਪਰੇ। ਅੱਜ ਠੰਡ ਬਹੁਤ ਪੈ ਰਹੀ ਹੈ ਜੀ ਤੇ ਸੜਕ ਉੱਤੇ ਚੱਲਣ ਤੇ ਮੁਸ਼ਕਲ ਆ ਰਹੀ ਹੈਗੀ ਤੇ ਦੁਬਾਰੇ ਠੰਡ ਬਹੁਤ ਵੱਧ ਗਈ ਹੈ ਜੀ। ਦੁਬਾਰੇ ਕੰਮਾਂ ਕਾਰਾਂ ਦੇ ਵਿੱਚ ਆਉਣ ਜਾਣ ਵਾਸਤੇ ਬਹੁਤ ਮੁਸ਼ਕਲ ਹੋ ਰਹੀ ਹੈ ਜੀ। ਧੁੰਦ ਬਹੁਤ ਜ਼ਿਆਦਾ ਹੈ ਜੀ, ਕੰਮ ਕਾਰ ਠੰਡ ਵੀ ਬਹੁਤ ਜ਼ਿਆਦਾ ਪੈ ਰਹੀ ਹੈ, ਕੰਮਾਂ ਕਾਰਾਂ 'ਚ ਨੁਕਸਾਨ ਆ ਸਾਡਾ। 10-10-11 ਵਜੇ ਕੰਮਾਂ 'ਤੇ ਜਾਂਦੇ ਹੈਗੇ, ਕੋਈ ਕੰਮ ਦੀ ਕੋਈ ਐਡੀ ਚੱਲਣ ਦੀ ਕੋਈ ਉਹ ਨਹੀਂ ਹੈਗੀ। 12-12 ਵਜੇ 1-1 ਵਜੇ ਕੰਮ ਚੱਲਦੇ, ਠੰਡ ਜ਼ਿਆਦਾ ਪੈ ਰਹੀ ਆ, ਮੌਸਮ ਬਹੁਤ ਖਰਾਬ ਆ, ਧੁੰਦ ਜ਼ਿਆਦਾ ਆ। ਈਟੀਵੀ ਭਾਰਤ ਦੀ ਵੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਸੜਕ 'ਤੇ ਚੱਲਦੇ ਸਮੇਂ ਲਾਈਟਾਂ ਲਾ ਕੇ ਚੱਲੋ, ਹੌਲੀ ਰਫ਼ਤਾਰ ਦੇ ਵਿੱਚ ਚੱਲੋ ਤਾਂ ਕਿ ਸੜਕ ਦੇ ਉੱਪਰ ਕੋਈ ਹਾਦਸਾ ਨਾ ਹੋਵੇ। ਕੁਲਦੀਪ ਧਾਲੀਵਾਲ, ਈਟੀਵੀ ਭਾਰਤ, ਮਾਨਸਾ।